ਬਿੱਲੇ ਮੈਨੇ ਸ਼ੈਤਾਨ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ। ਤੁਸੀਂ ਤੇ ਰੋਜ਼ਾਨੀ ਟੀਵੀ ਤੇ ਮੈਂ ਆ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਕਰੋ ਪ੍ਰੈਸ ਕੇ ਤਾਂ ਆਨੇ ਵੀਡੀਓ ਬਾਸਾਨੀ ਵੀਰਾਂ ਤੱਕ ਪਹੁੰਚ ਸਕੇ ਤੇ ਮੇਰੇ ਵੀਰ ਵੇਖ ਸਭ ਤੋਂ ਪਹਿਲੇ। ਜਿੱਦਾਂ ਕਿ ਤੁਹਾਡਾ ਵੀਰ ਤੁਹਾਡੇ ਵਾਸਤੇ ਕੋਸ਼ਿਸ਼ਾਂ ਤੇ ਮਿਹਨਤਾਂ ਕਰਦਾ ਤੇ ਅੱਛਾ ਤੇ ਖੂਬਸੂਰਤ ਜਾਨਵਰ ਲੈ ਕੇ ਆਉਂਦਾ। ਅੱਜ ਦੀ ਨਿਸਬਤ ਤੁਹਾਡਾ ਵੀਰ ਤੁਹਾਡੇ ਵਾਸਤੇ ਇੱਕ ਦੂਜੇ ਸੂਏ ਦੀ ਮੱਝ ਲੈ ਕੇ ਹਾਜ਼ਰ ਹੋਇਆ। ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਦਿਖਾਵੇ ਮੱਝ। ਤੁਸੀਂ ਕਰੋ ਆਪਣੀਆਂ ਤਸੱਲੀਆਂ ਜੀ। ਟੋਟਲ ਕਾਲੀ ਸ਼ਾਹ ਹੈ, ਇੱਕ ਅੱਖ ਕਾਲੀ ਹੈ, ਇੱਕ ਚਿੱਟੀ ਹੈ ਜੀ, ਮੇਰੇ ਕੈਮਰੇ ਦੀ ਨਜ਼ਰ ਹੈ। ਅਤੇ ਤੁਸੀਂ ਕਰੋ ਆਪਣੀ ਤਸੱਲੀ ਜੀ। ਲੈਣੇ ਦੇਣੇ ਨਸੀਬ ਹੁੰਦੇ ਨੇ, ਬਾਕੀ ਸਾਰੀਆਂ ਗੱਲਾਂ ਕਰਾਂਗੇ ਮਾਲਕ ਨਾਲ। ਪਿਓਰ ਨੀਲੀ ਦਾ ਜਾਨਵਰ ਹੈ ਜੀ, ਮਾਸ਼ਾਅੱਲਾ ਜੀ। ਹਰ ਚੀਜ਼ ਦੀ ਕਰੋ ਆਪਣੀ ਤਸੱਲੀ। ਮੁੱਠ ਪਰ ਥਣ, ਸੋਹਣਾ ਥਣ ਲੱਗਿਆ ਹੋਇਆ ਜੀ। ਪਸ਼ਮ ਮਾਸ਼ਾਅੱਲਾ ਉੱਤੇ ਬੜੀ ਜੀ। ਕੈਮਰਾਮੈਨ ਸਾਹਿਬ ਹਵਾਨਾ ਦਿਖਾਓ, ਹਵਾਨਾ ਥੱਬੇ ਦਾ ਹਵਾਨਾ ਜੀ, ਮਾਸ਼ਾਅੱਲਾ ਜੀ। ਹਰ ਚੀਜ਼ ਦੀ ਤੁਸੀਂ ਕਰੋ ਆਪਣੀ ਤਸੱਲੀ ਜੀ। ਚੂਰਕੁੱਡਾ ਸਿੰਘ ਮਾਸ਼ਾਅੱਲਾ ਜੀ। ਹਰ ਚੀਜ਼ ਤੁਹਾਡੇ ਸਾਹਮਣੇ ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਟੋਟਲ ਕਾਲੀ ਸ਼ਾਹ ਹੈ, ਥੋੜ੍ਹੀ ਜਿਹੀ ਪੂਛਲ ਚਿੱਟੀ ਹੈ ਜੀ, ਬਾਕੀ ਟੋਟਲ ਕਾਲੀ ਸ਼ਾਹ ਆ। ਹਵਾਨਾ ਤੁਸੀਂ ਦੇਖ ਸਕਦੇ ਜੀ, ਮਾਸ਼ਾਅੱਲਾ ਜੀ, ਥੱਬੇ ਦਾ ਹਵਾਨਾ ਜੀ। ਅਤੇ ਬਾਕੀ ਕਰਾਂਗੇ ਸਾਰੀਆਂ ਗੱਲਾਂ ਮਾਲਕ ਨਾਲ ਜੀ। ਤੁਸੀਂ ਕਰੋ ਆਪਣੀਆਂ ਤਸੱਲੀਆਂ ਜੀ। ਛੋਟੀ ਵੱਖੀ ਦੀ ਹੈ ਜੀ, ਮਾਸ਼ਾਅੱਲਾ ਜੀ, ਤੁਸੀਂ ਦੇਖ ਸਕਦੇ ਪੁੱਠੇ ਛੁੱਠੇ, ਮਾਸ਼ਾਅੱਲਾ ਚੰਗਾ ਸੋਹਣਾ। ਹਰ ਚੀਜ਼ ਮੇਰੇ ਸਾਹਮਣੇ ਕੈਮਰੇ ਦੀ, ਕੱਦ ਕਾਠ ਸਾਰਾ ਤੁਹਾਡੇ ਸਾਹਮਣੇ। ਚੂਰਕੁੱਡਾ ਸਿੰਘ ਹੈ, ਮਾਸ਼ਾਅੱਲਾ, ਪਸ਼ਮ ਬੜੀ ਉੱਤੇ। ਹਰ ਚੀਜ਼ ਦੀ ਕਰੋ ਆਪਣੀ ਤਸੱਲੀ ਜੀ। ਮਗਰ ਇਹਦੇ ਕੱਟਿਆ ਜੀ, ਇੱਧਰ ਕੱਟਾ ਕੈਮਰਾਮੈਨ ਸਾਹਿਬ ਦਿਖਾਓ। ਟੋਟਲ ਕਾਲਾ ਸ਼ਾਹ, ਪੂਛ ਇਹਦੀ ਵੀ ਚਿੱਟੀ, ਥੋੜ੍ਹਾ ਜਿਹਾ ਸਿਰ 'ਤੇ ਫੁੱਲੀ ਹੈ ਜੀ, ਮਾਸ਼ਾਅੱਲਾ ਜੀ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ, ਕੈਮਰਾਮੈਨ ਸਾਹਿਬ ਤੁਹਾਨੂੰ ਕਾਬ ਦੀ ਨਜ਼ਰਾਂ ਨਾਲ ਦਿਖਾ ਰਹੇ ਨੇ ਜੀ। ਬਾਕੀ ਸਾਰੀ ਡਿਟੇਲ ਆਵਾਂਗੇ ਮਾਲਕ ਕੋਲੋਂ, ਕਿੰਨੇ ਦਿਨ ਹੋ ਗਿਆ ਸੂਈ ਨੂੰ, ਕਿੰਨੇ ਦੇ ਥੱਲੇ ਦੁੱਧ ਦੇ, ਕੀ ਹਾਲੇ ਆਪਣਾ ਇਹਦਾ ਦੁੱਧ ਦੀ ਐਵਰੇਜ ਆ ਰਹੀ ਹੈ, ਹਾਲੇ ਮੇਰਾ ਖਿਆਲ ਬੋਲੇ 'ਚ ਹੈ। ਇਹ ਸਾਰੀ ਗੱਲ ਪੁੱਛਾਂਗੇ ਆਪਾਂ ਮਾਲਕ ਕੋਲੋਂ ਜੀ। ਥੱਬੇ ਦਾ ਹਵਾਨਾ ਜੀ, ਮਾਸ਼ਾਅੱਲਾ, ਪਿਓਰ ਨੀਲੀ ਦਾ ਜਾਨਵਰ ਹੈ। ਪਸ਼ਮ ਤੁਸੀਂ ਦੇਖ ਸਕਦੇ ਜੀ, ਮਾਸ਼ਾਅੱਲਾ ਜੀ, ਪਸ਼ਮ ਬੜੀ। ਹਰ ਚੀਜ਼ ਦੀ ਕੈਮਰਾ ਮੈਂ ਤੁਹਾਨੂੰ ਕਰਾ ਰਿਹਾ, ਤਸੱਲੀਆਂ ਮੇਰੇ। ਆਹ ਦੋ ਬਟਨ ਨੀਲੀ ਦੇ ਲੱਗੇ ਨੇ, ਮਾਸ਼ਾਅੱਲਾ ਤੁਸੀਂ ਦੇਖ ਸਕਦੇ ਜੀ, ਆਹ ਦੋ ਬਟਨ ਨੀਲੀ ਦੇ ਹੁੰਦੇ ਨੇ, ਨਿਸ਼ਾਨੀ ਪਿਓਰ ਨੀਲੀ ਦੇ ਜਾਨਵਰ ਦੀ ਜੀ, ਤੁਸੀਂ ਦੇਖ ਸਕਦੇ ਜੋ ਜੀ। ਅੱਛੀ ਨਸਲਦਾਰ ਦੀ ਮੱਝ ਹੈ ਜੀ, ਮਾਸ਼ਾਅੱਲਾ, ਤੁਸੀਂ ਦੇਖ ਸਕਦੇ ਜੋ ਜੀ। ਆ ਜਾਓ ਭਾਈ ਜਾਨ, ਸਲਾਮ ਅਲੈਕੁਮ ਜੀ। ਕੀ ਹਾਲ ਚਾਲ ਹੈ, ਕੀ ਨਾਮ ਹੈ ਭਾਈ ਜਾਨ ਆਪਣਾ? ਮੇਰਾ ਨਾਮ ਮੁਹੰਮਦ ਅਨਸਰ ਜੀ। ਉੱਚੀ ਤੁਹਾਡਾ ਅਨਸਰ ਭਾਈ ਬੋਲਣਾ? ਮੇਰਾ ਨਾਮ ਮੁਹੰਮਦ ਅਨਸਰ ਜੀ। ਮੁਹੰਮਦ ਅਨਸਰ ਸਾਹਿਬ, ਇਹ ਤੁਹਾਡੇ ਘਰ ਦੀ ਮੱਝ ਜੀ? ਸਾਡੇ ਘਰ ਦੀ ਮੱਝ, ਅਸੀਂ ਜੋਟੀ ਲਈ ਸੀ ਪਹਿਲਣ ਜੀ। ਅੱਛਾ ਜੀ। ਅਤੇ ਅਸੀਂ ਪਹਿਲਣ ਜੋਟੀਆਂ ਲੈ ਕੇ ਆਉਣੇ ਅਤੇ ਅਸੀਂ ਸੁਆਣੇ ਅਤੇ ਫਿਰ ਅਸੀਂ ਅੱਗੇ ਸੇਲ ਕਰਨੇ। ਇਹ ਸਾਡੇ ਕੋਲ ਦੂਸਰਾ ਸੂਆ ਹੈ, ਇਹ ਪਹਿਲੇ ਅਸੀਂ ਲਈ ਸੀ, ਇਹ ਸਾਨੂੰ ਬੜੀ ਚੰਗੀ ਮਿਹਨਤ ਲੱਗੀ ਸੀ। ਅੱਛਾ, ਪਹਿਲੇ ਸੂਏ ਅਸੀਂ ਇਹਦਾ 12-14 ਕਿਲੋ ਇਨਸ਼ਾਅੱਲਾ ਪੱਕਾ ਜ਼ਰੂਰ ਚੋਂਦ ਰਿਹਾ। ਐਰਕੀ ਕਿੰਨਾ ਕਰੇਗੀ ਤੁਹਾਡੇ? ਇਨਸ਼ਾਅੱਲਾ ਸਾਡਾ ਜਿਹੜਾ ਜਾਨਵਰ ਹੈ, ਇਹ 20 ਕਿਲੋ ਇਨਸ਼ਾਅੱਲਾ ਪਰਮਨੈਂਟ ਇਹ ਆ ਕੇ ਚੋ ਸਕਦੇ ਨੇ, ਇਹਨੂੰ ਤਿਆਰ ਹੋਇਆ 20 ਕਿਲੋ ਤੋਂ। ਤੁਸੀਂ ਯਾਰ ਤੋਂ ਬਹੁਤ ਦੱਸੀ ਜਾਂਦਾ ਬਾਈ ਜਾਨ, ਇਹ ਕਿੰਨਾ ਦੁੱਧ ਦੇਵੇਗਾ ਜਿਹੜਾ ਤੁਸੀਂ ਪਿਛਲੇ ਚੋਂਦੇ ਰਹਿ ਜਾਂਦਾ? ਹਾਂਜੀ, ਉਹ ਮੈਨੂੰ ਦੱਸ, ਸਹੀ ਕੰਡੀਸ਼ਨ ਦੱਸ ਕਿ ਕਿੰਨਾ ਕਿੰਨਾ ਚੋਂਦੇ ਰਹਿ ਜੇ ਤੁਸੀਂ? ਅਸੀਂ 12-14 ਕਿਲੋ ਚੋਂਦੇ, 12-14 ਕਿਲੋ ਚੋਂਦੇ ਰਹੇ। ਹੁਣ 15 ਕਰ ਲਈ, ਵੱਧ ਤੋਂ ਵੱਧ 15 ਕਰ ਲਓ। 20 ਤਾਂ ਬਹੁਤ ਜ਼ਿਆਦਾ ਖੜਾ, 20 ਵਾਲਾ ਤਾਂ ਜਾਨਵਰ ਬਹੁਤ ਹੀ ਬੜਾ ਹੁੰਦਾ, ਸੋਹਣਾ ਹੁੰਦਾ 20 ਵਾਲਾ ਤਾਂ ਨਹੀਂ? ਉਹ ਤਾਂ ਠੀਕ ਹੈ, ਮੁੱਲ ਤਾਂ ਆਪਾਂ ਨੂੰ ਲੱਭਣਾ ਆਪਣੇ ਮਾਲ ਦਾ, ਠੀਕ ਹੈ ਨਾ ਜੀ। ਤੇ ਇਹਦਾ ਜਿਹੜਾ ਜਾਇਜ਼ ਮੁਨਾਸਿਬ ਰੇਟ ਹੈ ਨਾ ਮੇਰਾ ਵੀਰ,
ਉਹ ਕਰਨਾ, ਇਹ ਨਹੀਂ ਕਰਨਾ ਕਿ ਕੈਮਰਾ ਲੱਗਿਆ ਹੈ ਅਤੇ ਆਪਣੀ ਲੱਖ ਵਾਲੀ ਚੀਜ਼ 2 ਲੱਖ ਦੀ ਹੋਵੇ, ਉਹ ਚੀਜ਼ ਰੇਟ ਕਰਨਾ ਜਿਹੜੀ ਆਪਣੀ ਚੀਜ਼ ਦਾ ਰੇਟ ਹੈ, ਇੱਕੋ ਮੁੱਲ ਹੀ ਕਰਨਾ। ਲੰਬੀ ਚੌੜੀ ਸਾਡੇ ਕੋਲ ਬੈਸ ਨਹੀਂ, ਅਤੇ ਲੰਮੀ ਚੌੜੀ ਸਾਡੇ ਕੋਲ ਵੀ ਨਹੀਂ ਹੈਗਾ ਭਾਈ ਸੁਣਨ ਵਾਸਤੇ, ਉਹ ਰੇਟ ਕਰਨਾ ਮੇਰੇ ਵੀਰ ਨੇ ਜਿਹੜਾ ਸਾਡੇ ਜਾਇਜ ਮੁਨਾਸਬ ਹੋਵੇ, ਜਿੱਥੇ ਵੀਰਾਂ ਨੂੰ ਸਮਝ ਆਵੇ ਕਿ ਯਾਰ ਰੇਟ ਸਹੀ ਹੈ। ਅਸੀਂ ਇਹਦਾ ਜੀ 3 ਲੱਖ ਮੁੱਲ ਕਰ ਰਹੇ ਹਾਂ। 3 ਲੱਖ? 3 ਲੱਖ? 3 ਲੱਖ ਤਾਂ ਬਹੁਤ ਜ਼ਿਆਦਾ ਇਹਦੇ ਵਿੱਚ ਪਿਆਰ ਮੁਹੱਬਤ, ਕੋਈ ਪਿਆਰ ਬਦਕੋਣੀ ਇਹਦੇ ਵਿੱਚ ਦੌੜਨਾ ਸੀ। ਅਸੀਂ ਮੁਨਾਸਬ ਦਾ ਰੇਟ ਕੀਤਾ, ਸਾਡੇ ਕੋਈ ਇਹਦੀ ਕੇਅਰ ਨਹੀਂ ਹੋ ਸਕੀ। ਸਾਡੀ ਜਿਹੜੀ ਮੱਝ ਹੀ 5 ਲੱਖ ਦੀ ਸੀਗੀ, ਔਰ ਤੁਸੀਂ ਦੇਖਦੇ ਪਏ ਜੀ ਕਿ ਇਹਦੇ ਵਾਲ ਵੀ ਹੈਗੀ ਹੈ, 2 ਦਿਨ ਸਾਰਾ ਕੁਛ ਨਜ਼ਰ ਆ ਗਿਆ ਹੈ ਸੂਈ ਨੂੰ। ਅੱਛਾ, ਇਹਨੂੰ ਕੋਈ ਸ਼ਹਿਰ ਨਹੀਂ ਦਿੱਤੀ? ਇਹਨੂੰ ਅਜੇ ਤੱਕ ਕੋਈ ਚੀਜ਼ ਨਹੀਂ ਦਿੱਤੀ, ਸਿਰਫ 2 ਦਿਨ ਹੋਏ ਨੇ। ਅਸੀਂ ਕਿਹਾ ਵੀ ਅਜੇ ਤੱਕ ਮੈਂ ਤਾਜ਼ੀ ਸੂਈ, ਕੋਈ ਅਸੀਂ ਕਿਹਾ ਵੀ ਆਪੇ ਖੁਦ ਹੀ ਹੈ ਜਿਹੜੀ ਵਾਲ ਵੂਲ ਉਤਾਰ ਜਾਏਗੀ। ਤੇ ਜਦੋਂ ਇਹਨੇ ਆਪਣੇ ਅਰੂਜ ਵਿੱਚ ਆਉਣਾ ਉਦੋਂ ਇਹਨੂੰ ਮਾਸ਼ਾਅੱਲਾ ਦੇਖਿਆ, ਫਿਰ ਮੈਂ ਦੇਖੀ ਸੂਈ। ਅੱਛਾ, ਤੁਹਾਡਾ ਕੀ ਹੈ ਜੇ ਬਾਹਰ ਜਾਏਗੀ ਤੇ ਆਉਣੇ ਦੇ ਥੱਲੇ ਕਿੰਨਾ ਬੋਲਾ ਚੋਇਆ ਜੀ? ਹੁਣੇ ਦੇ ਥੱਲੋਂ ਅਸੀਂ ਤਕਰੀਬਨ 6-7 ਕਿਲੋ। ਅੱਛਾ, ਹਾਂਜੀ। ਤੇ ਬੱਚੇ ਨੂੰ ਛੱਡ ਕੇ? ਬੱਚੇ ਨੂੰ ਛੱਡ ਕੇ। ਤੇ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਮੇਰੇ ਖਿਆਲ 2 ਕੁ ਦਿਨ ਹੋ ਗਏ। 2 ਦਿਨ ਹੋਏ? 2 ਦਿਨ ਹੋ ਗਏ। ਚਲੋ, 2 ਦਿਨ ਹੋ ਗਏ ਭਾਈ। 3 ਲੱਖ ਰੁਪਏ ਭਾਈ ਰੇਟ ਕਰਦੇ ਨੇ, ਕਹਿੰਦੇ ਨੇ ਕੋਈ ਪਿਆਰ ਮੁਹੱਬਤ ਵੀ ਕਰ ਲਾਂਗੇ ਕੋਈ ਮੌਕੇ 'ਤੇ, ਅਗਰ ਕੋਈ ਸਾਡਾ ਵੀਰ ਲੈਣਾ ਚਾਹੁੰਦਾ ਉਹਦੇ ਨਾਲ ਪਿਆਰ ਮੁਹੱਬਤ ਵੀ ਹੋ ਜਾਏਗੀ। ਇਸ ਵੀਡੀਓ ਨਾਲ ਦੇ ਪ੍ਰਾਂਤ ਦਿਓ ਇਜਾਜ਼ਤ, ਅਗਲੀ ਵੀਡੀਓ ਨੂੰ ਤੁਹਾਨੂੰ ਮਿਲਾਂਗੇ। ਅੱਲਾ ਹਾਫਿਜ਼।